ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਸੂਬੇ ਦੀਆਂ ਸ਼ਾਮ ਦੀਆਂ ਖਬਰਾਂ ਦਾ ਖਾਸ ਬੁਲਟਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਦਿਨ ਪਰ ਸੂਬੇ ਦੇ ਜੋ ਹਾਲਾਤ ਰਹੇ ਜੋ ਮੁੱਖ ਖਾਸ ਸਮਾਂ ਚੱਲ ਰਹੇ ਹਰ ਇੱਕ ਖਾਸ ਤੇ ਆਮ ਖਬਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜੀ ਇਸ ਵੀਡੀਓ ਦੇ ਵਿੱਚ ਸੋ ਉਮੀਦ ਆ ਤੁਸੀਂ ਵੀਡੀਓ ਨੂੰ ਲਾਸਟ ਦੇ ਤੱਕ ਦੇਖੋਗੇ ਇੱਕ ਹੋਰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਆਪ ਦੋ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲੀ ਖਬਰ ਵੱਲੇ ਰੁਖ ਕਰਦੇ ਹਾਂ ਜੀ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਪਿੰਡਾਂ ਕਸਬਿਆਂ ਚੋਂ ਬਾਹਰੋਂ ਆਉਣ ਵਾਲੇ ਲੋਕਾਂ ਦੀ شناخت ਕਰਨ ਦੀਆਂ ਹਦਾਇਤਾਂ ਸੋ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਪ੍ਰਸ਼ਾਸਨ ਦੇ ਨਾਲ ਸਿਹਤ ਵਿਭਾਗ ਨੂੰ ਪਿੰਡਾਂ ਕਸਬਿਆਂ ਚੋਂ ਬਾਹਰੋਂ ਆਉਣ ਵਾਲੇ ਲੋਕਾਂ ਦੀ شناخت ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਰਸ਼ਨ ਕੁਮਾਰ ਨੇ ਕਿਹਾ ਕਿ ਪਿੰਡਾਂ ਕਸਬਿਆਂ ਦੇ ਵਿੱਚ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਉਹ ਬਾਹਰੋਂ ਵਿਦੇਸ਼ ਜਾਂ ਕਿਸੇ ਹੋਰ ਸੂਬੇ ਤੋਂ ਆਉਣ ਵਾਲੇ ਹਰੇਕ ਵਿਅਕਤੀ ਦੀ شناخت ਕਰਕੇ ਉਸ ਨੂੰ 14 ਦਿਨਾਂ ਦੇ ਲਈ ਘਰ ਦੇ ਵਿੱਚ ਹੀ ਕਵੈਂਟਰੀਨ ਕਰ ਦਿੱਤਾ ਜਾਵੇ ਤੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਾਹਰੋਂ ਆਉਣ ਵਾਲੇ ਵਿਅਕਤੀ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਇਸ ਸਬੰਧੀ ਅੱਜ ਕਸਬਾ ਸ਼ੁਤਰਾਣਾ ਦੇ ਵਿਖੇ ਸਰਕਾਰੀ ਹਸਪਤਾਲ ਚੂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ ਸੋ ਦੂਸਰੀ ਖਬਰ ਹੈ ਜੀ ਵਿਸਾਖੀ ਦੇ ਮੌਕੇ ਪੰਚਾਇਤਾਂ ਨੂੰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਮੋਯਾਦੀ ਕਰਨ ਦੇ ਆਦੇਸ਼ ਸੋ 13 April ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏਨ ਡਿਪਟੀ ਕਮਿਸ਼ਨਰ ਰੂਪਨਗਰ ਦੇ ਵੱਲੋਂ ਪੂਰੇ ਜ਼ਿਲ੍ਹੇ ਦੀਆਂ ਪੰਚਾਇਤਾਂ ਰਾਹੀਂ ਇਸ ਸਬੰਧੀ ਮਨਾਦੀ ਕਰਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏਨ ਜਿਸ ਵਿੱਚ ਆਖਿਆ ਗਿਆ ਕਿ ਇਸ ਦਿਨ ਲਾਕਡਾਊਨ ਅਤੇ ਕਰਫਿਊ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਉਸ ਤੋਂ ਬਾਅਦ ਜੀ ਫਰੀਦਕੋਟ ਚੂ ਪੋਜ਼ਿਟਿਵ ਕਰੋਨਾ ਦਾ ਮਰੀਜ਼ ਆਉਣ ਦੇ ਕਾਰਨ ਸ਼੍ਰੀ ਮੁਕਤਸਰ ਸਾਹਿਬ ਚੂ ਵੀ ਕੀਤੀ ਸਖਤੀ ਸੋ ਕੋਟਵਿਕੇ ਕਰੋਨਾ ਦਾ ਪੋਜ਼ਿਟਿਵ ਮਰੀਜ਼ ਆਉਣ ਦੇ ਕਾਰਨ ਨਾਲ ਲੱਗਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਪੁਲਿਸ ਦੇ ਵੱਲੋਂ ਸਖਤੀ ਵਧਾ ਦਿੱਤੀ ਗਈ ਜ ਅਤੇ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਅਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮੀਆਂ ਦੇ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਬਿਜਲੀ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਨਾ ਦਿੱਤੀਆਂ ਤਾਂ ਜ਼ਰੂਰੀ ਸੇਵਾਵਾਂ ਦਾ ਹੋਵੇਗਾ ਬਾਈਕਾਟ ਸੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਡੰਡੋਵਾਲ ਛਾ ਕੋਟ ਮੂਰੇ ਬਿਜਲੀ ਕਾਮਿਆਂ ਦੇ ਵੱਲੋਂ ਤਨਖਾਹਾਂ ਦੀ ਕਟੌਤੀ ਦੇ ਵਿਰੋਧ ਚ ਕਪੂਰਥਲਾ ਸਰਕਲ ਦੇ 77 ਜਸਮント ਰਾਏ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ 77 ਜਸਮント ਰਾਏ ਤੇ ਰੁਪਿੰਦਰਜੀਤ ਸਿੰਘ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਪਾਵਰ ਕਾਮ ਦੇ ਬਿਨਾਂ ਦੱਸੇ ਹੀ ਬਿਜਲੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੋਂ 40% ਦੀ ਤਨਖਾਹ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਤੇ ਆਗੂਆਂ ਨੇ ਕਿਹਾ ਕਿ ਇਸ ਔਖੇ ਸਮੇਂ ਚ ਵੀ ਬਿਜਲੀ ਮੁਲਾਜ਼ਮ ਆਪਣੀ ਜਾਨ ਖਤਰੇ 'ਚ ਪਾ ਕੇ ਬਿਜਲੀ ਸਪਲਾਈ ਬਹਾਲ ਰੱਖ ਰਹੇ ਹਨ ਜੇਕਰ ਮੁਲਾਜ਼ਮਾਂ ਦੀਆਂ ਪੂਰੀਆਂ ਤਨਖਾਹਾਂ ਖਾਤਿਆਂ 'ਚੋਂ ਨਾ ਪਾਈਆਂ ਗਈਆਂ ਤਾਂ ਬਿਜਲੀ ਮੁਲਾਜ਼ਮ ਜ਼ਰੂਰੀ ਸੇਵਾਵਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ ਸੋ ਅਗਲੀ ਖਬਰ ਜੀ 17 ਸੂਬਿਆਂ 'ਚੋਂ ਤਬਲੀਗੀ ਜਮਾਤ ਦੇ ਨਾਲ ਸਬੰਧਤ ਲੋਕਾਂ 'ਚੋਂ 1000 ਲੋਕ ਪਾਏ ਗਏ ਪੋਜ਼ੀਟਿਵ ਸਿਹਤ ਮੰਤਰਾਲਾ ਸੋ ਵਾਇਰਸ ਤੇ ਮੱਦੇਨਜ਼ਰ ਸਿਹਤ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਜਿਸ ਦੌਰਾਨ ਮਿਲੀ ਜਾਣਕਾਰੀ ਦੇ ਅਨੁਸਾਰ 17 ਰਾਜਾਂ ਦੇ ਵਿੱਚ ਤਬਲੀਗੀ ਜਮਾਤ ਦੇ ਨਾਲ ਸਬੰਧਤ ਲੋਕਾਂ ਚੋਂ 1023 ਲੋਕ ਕਰੋਨਾ ਪੋਜ਼ੀਟਿਵ ਪਾਏ ਗਏ ਹਨ ਸਾਰੇ ਕੇਸਾਂ ਚੋਂ 30 ਫੀਸਦੀ ਮਾਮਲੇ ਇੱਕ ਜਗ੍ਹਾ ਦੇ ਨਾਲ ਸਬੰਧਤ ਹਨ ਸਿਹਤ ਮੰਤਰਾਲੇ ਨੇ ਕਿਹਾ ਕਿ ਪੜਾ ਬਹੁਤ ਹੀ ਧਿਆਨ ਦੇ ਨਾਲ ਕੰਮ ਕਰ ਰਿਹਾ ਹੈ ਸ਼੍ਰੀ ਮੁਖਤਸਰ ਸਾਹਿਬ ਚ 14 ਵਿਅਕਤੀਆਂ ਨੂੰ ਮਸਜਿਦ ਵਿੱਚੋਂ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਭੇਜਿਆ ਸ਼੍ਰੀ ਮੁਖਤਸਰ ਸਾਹਿਬ ਦੀ ਮਸਜਿਦ ਦੇ ਵਿੱਚ ਜਿਨ੍ਹਾਂ 14 ਮੁਸਲਮਾਨ ਵਿਅਕਤੀਆਂ ਨੂੰ ਪਿਛਲੇ ਦਿਨੀ ਕੁਆਂਡਰੀ ਨਹੀਂ ਕੀਤਾ ਗਿਆ ਸੀ ਉਹਨਾਂ ਨੂੰ ਤਬਲੀਗੀ ਜਮਾਤ ਨਾਲ ਜ਼ਿਆਦਾ ਕੇਸ ਪੋਜ਼ਿਟਿਵ ਆਉਣ ਦੇ ਕਾਰਨ ਅੱਜ ਅਚਾਨਕ ਸਰਕਾਰੀ ਹਸਪਤਾਲ ਸ਼੍ਰੀ ਮੁਖਤਸਰ ਸਾਹਿਬ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਦੇ ਸਿਹਤ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਇਹਨਾਂ ਵਿਅਕਤੀਆਂ ਦੇ ਸੈਂਪਲ ਲੈ ਕੇ ਲੈਬਾਰਟਰੀ ਵਿੱਚ ਜਾਂਚ ਦੇ ਲਈ ਭੇਜੇ ਗਏ ਹਨ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਲੋਂਗੋਵਾਲ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਦੀ ਵੀ ਕੋਰੋਨਾ ਵਾਇਰਸ ਦੇ ਹੋਣ ਦੀ ਖਬਰਾਂ ਦੇ ਵਿਚਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹਨਾਂ ਨੂੰ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਵੇਗੀ ਤੇ ਕਰੋਨਾ ਮਰੀਜ਼ ਮਿਲਣ ਦੇ ਕਾਰਨ ਜ਼ਿਲ੍ਹਾ ਮਾਨਸੇ ਦੇ ਨਾਲ ਲੱਗਦੀ ਹੱਦ ਕੀ ਤਸੀਲ ਸੋ ਮਾਨਸੇ ਜ਼ਿਲ੍ਹੇ ਦੇ ਵਿੱਚ ਵੀ ਕਰੋਨਾ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਣ ਤੇ ਅੱਜ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਤਲਵੰਡੀ ਸਾਬੋ ਪੁਲਿਸ ਨੇ ਸਬਡਿਵੀਜ਼ਨ ਦੀ ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦੀ ਹੱਦ ਬਿਲਕੁਲ ਸੀਲ ਕਰ ਦਿੱਤੀ ਹੈ ਡੀਐਸਪੀ ਨਰਿੰਦਰ ਸਿੰਘ ਅਨੁਸਾਰ ਮਾਨਸਾ ਵਾਲੇ ਪਾਸੇ ਤੋਂ ਕਿਸੇ ਨੂੰ ਵੀ ਬਠਿੰਡੇ ਹੱਦ ਜ਼ਿਲ੍ਹੇ ਦੀ ਹੱਦ ਚੋਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸਿਵਾਏ ਐਮਰਜੈਂਸੀ ਸੇਵਾਵਾਂ ਦੇ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਤੇ ਨਜ਼ਰ ਰੱਖਣ ਦੇ ਲਈ ਸ਼ੁਰੂ ਕੀਤੇ ਡਰੋਨ ਕੈਮਰੇ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਡੀਐਸਪੀ ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਅਤੇ ਐਸਐਚਓ ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖਰੇਖ ਹੇਠ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੇ ਕਰੋਨਾ ਵਾਇਰਸ ਦੇ ਫੈਲਾਅ ਦੇ ਨੂੰ ਰੋਕਣ ਦੇ ਲਈ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਤੇ ਨਜ਼ਰ ਰੱਖਣ ਦੇ ਮਕਸਦ ਦੇ ਨਾਲ ਡਰੋਨ ਕੈਮਰੇ ਸ਼ੁਰੂ ਕੀਤੇ ਹਨ ਜਿਨ੍ਹਾਂ ਰਾਹੀਂ ਪੁਲਿਸ ਦੇ ਵੱਲੋਂ ਸ਼ਹਿਰ ਤੋਂ ਪਿੰਡਾਂ ਗਲੀਆਂ ਤੇ ਮੁਹੱਲਿਆਂ ਦੇ ਵਿੱਚ ਦਿਨ ਰਾਤ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਸਲਮ ਪਾਈਚਾਰੇ ਦੇ 11 ਲੋਕਾਂ ਦੇ ਕਰੋਨਾ ਟੈਸਟ ਲਏ ਸੋ ਖਮਾਣੋ ਤੋਂ ਖਬਰ ਆ ਰਹੀ ਹੈ ਜਿ ਜਿੱਥੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਤਹਿਸੀਲ ਖਮਾਣੋ ਪਿੰਡ ਮੰਨੈਲੀ ਵਿਖੇ ਮਸਜਿਦ ਚੋਂ ਪਹੁੰਚੇ 11 ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਬੀਤੀ ਰਾਤ ਕਮਿਊਨਿਟੀ ਹੈਲਥ ਸੈਂਟਰ ਖਮਾਣੋ ਦੇ ਵਿਖੇ ਲੈਣ ਦੇ ਉਪਰੰਤ ਉਹਨਾਂ ਨੂੰ ਉੱਥੇ ਹੀ ਪੁਲਿਸ ਪੈਰੀ ਅਧੀਨ ਇਕਾਂਤਵਾਸ ਕਰ ਦਿੱਤਾ ਗਿਆ। ਕਪੂਰਥਲਾ ਤੋਂ ਬਾਹਰੀ ਜ਼ਿਲ੍ਹਿਆਂ ਤੋਂ ਆਏ 22 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਭੇਜਿਆ। ਗੁਰੂ ਨਾਨਕ ਦੇਵ ਡੀਏਵੀ ਸਕੂਲ ਚੋਂ ਆਨਲਾਈਨ ਕਲਾਸਾਂ ਸ਼ੁਰੂ ਗੁਰੂ ਨਾਨਕ ਪਰਿਵਾਰ ਅਕੈਡਮੀ ਨੇ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਤੇ ਕਰੋਨਾ ਵਿਰੁੱਧ ਜੰਗ ਚ ਭਾਗੀਦਾਰ ਦੇਣ ਵਾਲਾ ਹਰ ਵਿਅਕਤੀ ਸਤਕਾਰਤ ਅਰੋੜਾ ਕਰੋਨਾ ਵਾਇਰਸ ਪ੍ਰਵਾਸੀ ਮਜ਼ਦੂਰਾਂ ਦਾ ਪਲਾਈਨ ਬਣਿਆ ਕਿਸਾਨਾਂ ਦੀ ਪਰੇਸ਼ਾਨੀ ਦਾ ਸਬਬ ਪ੍ਰਵਾਸੀ ਲੋਕਾਂ ਤੇ ਵਰਕਰਾਂ ਦੀ ਸਹੂਲਤ ਦੇ ਲਈ ਸਥਾਪਿਤ ਕੀਤੇ ਸ਼ੈਲਟਰ ਹੋਮ ਪਿਆਲਾ ਵਾਸੀਆਂ ਨੇ ਪਿੰਡ ਕੀ ਤਹਿਸੀਲ ਕਲੋਨੀਆਂ ਤੇ ਪਿੰਡਾਂ ਚ ਪਹੁੰਚਾਇਆ ਰਾਸ਼ਨ ਜਲੰਧਰ ਦੀ ਮਕਸੂਦਾ ਮੰਡੀ ਦੇ ਵਿੱਚ ਫਿਰ ਭੀੜ ਇਕੱਠੀ ਆਮ ਲੋਕ ਵੀ ਕਰ ਰਹੇ ਹਨ ਤੜਲੇ ਦੀ ਖਰੀਦਦਾਰੀ ਸੋ ਜਲੰਧਰ ਜ਼ਿਲ੍ਹੇ ਦੀ ਮਕਸੂਦਾ ਸਬਜ਼ ਮੰਡੀ ਦੇ ਅੰਦਰ ਕਰਫਿਊ ਦੇ ਵਿਚਕਾਰ ਸ਼ਨੀਵਾਰ ਸਵੇਰੇ ਦੁਬਾਰਾ ਖਰੀਦਦਾਰਾਂ ਦੀ ਭਾਰੀ ਭਾਰੀ ਭੀੜ ਇਕੱਠੀ ਹੋਗੀ ਹਾਲਾਂਕਿ ਮੰਡੀ ਦੇ ਵਿੱਚ ਤਨਾਇਤ ਪੁਲਿਸ ਮੁਲਾਜ਼ਮਾਂ ਨੇ ਸਬਜ਼ੀ ਖਰੀਦਣ ਆਉਣ ਵਾਲੇ ਲੋਕਾਂ ਨੂੰ ਘੇਰੇ ਦੇ ਵਿੱਚ ਉਡੀਕ ਕਰਨ ਦੇ ਨਿਰਦੇਸ਼ ਦਿੱਤੇ ਇਸ ਦੇ ਬਾਵਜੂਦ ਵੀ ਇੱਥੇ ਜ਼ਿਆਦਾ ਭੀੜ ਦੇ ਕਾਰਨ ਹਫੜਾ ਦਫੜੀ ਮੱਤ ਨਹੀਂ ਤੇ ਅੱਜ ਇੱਥੇ ਮੰਡੀ ਦੇ ਬਾਹਰ 2600 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਦੋ ਵਿਅਕਤੀਆਂ ਦੇ ਸਰੀਰ ਦਾ ਤਾਪਮਾਨ ਆਮ ਦੇ ਨਾਲ ਜ਼ਿਆਦਾ ਪਾਇਆ ਜਾਣ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਆਮ ਜੁੰਟਾ ਨੂੰ ਜਾਰੀ ਹੋਣਗੇ ਲੇਬਰ ਕਰਫਿਊ ਪਾਸ ਤੇ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਲਈ ਪੰਜਾਬ ਸਰਕਾਰ ਅਤੇ ਸ਼ਰੂਮਣੀ ਕਮੇਟੀ ਦੇਵੇ ਜਵਾਬ ਢੀਂਡਸਾ ਅੱਜ ਨੋਹਾ ਚੂ ਕੀਤਾ ਸੈਨੀਟਾਈਜ਼ਰ ਛਿੜਕਾ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਘਰਾਂ ਤੋਂ ਖਰੀਦੀ ਜਾਵੇਗੀ ਫਸਲ ਸੋ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਡਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਕਿਸਾਨਾਂ ਦੇ ਘਰੋਂ ਫਸਲ ਖਰੀਦਣ ਦੀ ਯੋਜਨਾ ਬਣਾ ਰਹੀ ਹੈ ਤੇ ਫਸਲ ਦੀ ਖਰੀਦ 15 ਅਪ੍ਰੈਲ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਭਾਗਾਂ ਨੂੰ ਮੰਡੀਆਂ ਨੂੰ 1 ਤੋਂ 2 ਕਿਲੋਮੀਟਰ ਤੋਂ ਜ਼ਿਆਦਾ ਦੂਰ ਪਿੰਡਾਂ ਚੋਂ ਖਣਕ ਖਰੀਦ ਕੇ ਤਰੀਕੇ ਦੱਸਣ ਦੇ ਲਈ ਕਿਹਾ ਤੇ ਇਹ ਅਧਿਕਾਰਿਕ ਬਿਆਨ ਚੁਕਿਹਾ ਗਿਆ ਕਿ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਇੱਕ ਵੀਡੀਓ ਸਮੇਲਨ ਦੇ ਰਾਹੀਂ ਕਟਾਈ ਅਤੇ ਖਰੀਦ ਦੀ ਵਿਵਸਥਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਸਾਨਾਂ ਦੀ ਪਰੇਸ਼ਾਨੀ ਘੱਟ ਕਰਨ ਦੇ ਨਿਰਦੇਸ਼ ਦਿੱਤੇ। ਕੈਪਟਨ ਦੇ ਮੁੱਖ-ਪ੍ਰਮੁੱਖ ਸਖਤਰ ਸਰੇਸ਼ ਕੁਮਾਰ ਦੇ ਨਿਰਦੇਸ਼ਾਂ ਕੀ ਦਿੱਤੇ ਹਨ ਕਿ ਕਿਸਾਨਾਂ ਨੂੰ ਸਹੀ ਸਮੇਂ ਦੇ ਭੁਗਤਾਨ ਕਰਨਾ ਵੀ ਯਕੀਨੀ ਬਣਾਇਆ ਜਾਵੇ ਅਤੇ ਨਿਜਮਾਂ ਦੀ ਸੋਧ ਕਰਨ ਦੇ ਨਾਲ ਆੜਤੀਆਂ ਦੇ ਮਾਧਿਅਮ ਰਾਹੀਂ ਕਿਸਾਨਾਂ ਦੇ ਭੁਗਤਾਨ ਦੀ ਵਿਵਸਥਾ ਕੀਤੀ ਜਾਵੇ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਔਰਤਾਂ ਦੇ ਜਨ ਤਨ ਖਾਤਿਆਂ ਚੋਂ ਟਰਾਂਸਫਰ ਹੋ ਰਹੇ ਹਨ ਪੈਸੇ ਜਾਨੋ ਰਕਮ ਕਢਵਾਉਣ ਦਾ ਸ਼ਡਿਊਲ ਸੋ ਵਾਇਰਸ ਦੇ ਖਿਲਾਫ ਜਾਰੀ جنگ ਦੇ ਕਾਰ ਸਭ ਤੋਂ ਵੱਡਾ ਅਸਰ ਗਰੀਬ ਵਰਗ ਤੇ ਪਿਆ ਹੈ ਸਰਕਾਰ ਇਹਨਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਪਹਿਲ ਕੀਤੀ ਜਿਸ ਦੀ ਸ਼ੁਰੂਆਤ 3 April ਤੋਂ ਹੋ ਗਈ ਆ ਦਾ ਇੰਡੀਅਨ ਬੈਂਕਸ ਐਸੋਸੀਏਸ਼ਨ ਨੇ ਵੀਰਵਾਰ ਨੂੰ ਸਾਰੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਖਾਤਾਧਾਰਕ ਔਰਤਾਂ ਦੇ ਖਾਤਿਆਂ ਦੇ ਵਿੱਚ 500 ਰੁਪਏ ਦੀ ਰਕਮ ਟਰਾਂਸਫਰ ਕਰਨੀ ਸ਼ੁਰੂ ਕਰ ਦੇਣ ਤੇ ਸਰਕਾਰ ਨੇ ਕੋਰੋਨਾ ਵਾਇਰਸ ਤੇ ਲੋਕਡਾਊਨ ਦੇ ਅਸਰ ਤੋਂ ਬਚਾਉਣ ਦੇ ਲਈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਐਲਾਨ ਕੀਤਾ ਜਿਸ ਦੀ ਰਕਮ 3 ਤੋਂ 9 April ਦੇ ਵਿਚਕਾਰ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਸੋ ਟਾਈਮ ਟੇਬਲ ਦੇ ਹਿਸਾਬ ਦੇ ਨਾਲ ਕਢਵਾ ਸਕੋਗੇ ਰਕਮ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਸੋਸ਼ਲ ਡਿਸਟੈਂਡਿੰਗ ਦੀ ਪਾਲਣਾ ਕੀਤੀ ਜਾਵੇਗੀ। ਅਸਲ ਦੇ ਵਿੱਚ ਬੈਂਕਾਂ ਨੂੰ ਇੱਕ ਟਾਈਮ ਟੇਬਲ ਬਣਾਉਣ ਲਈ ਕਿਹਾ ਗਿਆ ਜਿਸ ਦੇ ਹਿਸਾਬ ਦੇ ਨਾਲ ਖਾਤਾਧਾਰਕ ਪੈਸੇ ਕਢਵਾ ਸਕਣਗੇ ਇਹ ਰਕਮੇਟੀਆਂ ਜਾਂ ਰੁਪਏ ਕਾਰਡ ਬੈਂਕ ਮਿੱਤਰ ذریعے ਵੀ ਕਢਵਾਈ ਜਾ ਸਕਦੀ ਹੈ ਏਟੀਐਮ ਤੋਂ ਨਿਕਾਸੀ ਦਾ ਕੋਈ ਚਾਰਜ ਨਹੀਂ ਦੇਣਾ ਪਵੇਗਾ ਤਾਂ ਬੈਂਕ ਜਾ ਕੇ ਪੈਸੇ ਕਢਵਾਉਣ ਵਾਲਿਆਂ ਨੂੰ ਹੇਠ ਲਿਖੀਆਂ ਸ਼ਰਤਾਂ ਬੰਦਨੀਆਂ ਪੈਣਗੀਆਂ ਜਿਨ੍ਹਾਂ ਖਾਤਾਧਾਰਕਾਂ ਦੇ ਅਕਾਊਂਟ ਨੰਬਰ 0 ਤੇ 1 ਤੇ ਖਤਮ ਹੁੰਦੇ ਹਨ ਉਹ 3 ਅਪ੍ਰੈਲ ਨੂੰ ਆਪਣੇ ਖਾਤਿਆਂ ਨੂੰ ਪੈਸੇ ਕਢਵਾ ਸਕਦੇ ਹਨ ਜਿਨ੍ਹਾਂ ਦੇ 2 ਤੋਂ 3 ਨਾਲ ਖਤਮ ਹੁੰਦੇ ਹਨ ਉਹ 4 ਅਪ੍ਰੈਲ ਨੂੰ ਤੇ ਜਿਨ੍ਹਾਂ ਦੇ 4 ਅਤੇ 5 ਨਾਲ ਖਤਮ ਹੁੰਦੇ ਉਹ 7 ਅਪ੍ਰੈਲ ਨੂੰ ਬੈਂਕ ਜਾਵੇ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮਨੁੱਖਤਾ ਦੇ ਲਈ ਇੱਕ ਵਾਰ ਫੇਰ ਖੁੱਲੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਲਾਕਡਾਊਨ ਤੋਂ ਫਸੇ 40 ਮਦਰਸੇ ਦੇ 40 ਬੱਚਿਆਂ ਦੀ ਲਈ ਜ਼ਿੰਮੇਵਾਰੀ ਸੂਬਾ ਜਮਾਤ ਨੂੰ ਲੈ ਕੇ ਖੂਬ ਸਿਆਸਤ ਕੀਤੀ ਜਾ ਰਹੀ ਹੈ ਤੇ ਕਰੋਨਾ ਵਾਇਰਸ ਦੇ ਵਰਗੀ ਭਿਆਨਕ ਬਿਮਾਰੀ ਨੂੰ ਲੈ ਕੇ ਵੀ ਧਰਮ ਦੇ ਨਾਂ ਤੇ ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਦਰਮਿਆਨ ਮਨੁੱਖਤਾ ਦੀ ਮਨੁੱਖਤਾ ਦੀ ਮਿਸਾਲ ਸਾਹਮਣੇ ਆਈ ਹੈ ਜੀ ਸੰਗਰੂਰ ਜ਼ਿਲ੍ਹੇ ਦੇ ਮਲੇਰ ਕੂਟਲਾ ਵਿੱਚ ਮਦਰਸੇ ਦੇ 40 ਬੱਚੇ ਤਾਲਾਬੰਦੀ ਚ ਫਸਿਆ ਹੋਇਆ ਨਾ ਤੇ ਉਹਨਾਂ ਦੇ ਸਾਹਮਣੇ ਖਾਣ ਪੀਣ ਦਾ ਸੰਕਟ ਸੀ ਤਾਂ ਗੁਰਦੁਆਰਾ ਹਾਦਾਨਾਰ ਸਾਹਿਬ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਤੇ ਜ਼ਿਆਦਾਤਰ ਬੱਚੇ ਯੂਪ ਬਿਹਾਰ ਦੇ ਹਨ ਗੁਰਦੁਆਰਾ ਸਾਹਿਬ ਦੇ ਮੁਖ ਸੇਵਕ ਨਰਿੰਦਰਪਾਲ ਸਿੰਘ ਕਹਿੰਦੇ ਹਨ ਕਿ ਕਿਸੇ ਵੀ ਬੱਚੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਤਕਰੀਬਨ 1.5 ਲੱਖ ਦੀ ਆਬਾਦੀ ਵਾਲਾ ਮਲੇਰਕੂਟਲਾ ਪੰਜਾਬ ਦਾ ਇਕਲੌਤਾ ਮੁਸਲਮਾਨ ਬਹੁਗਿਣਤੀ ਵਾਲਾ ਸ਼ਹਿਰ ਹੈ ਪ੍ਰਧਾਨ ਮੰਤਰੀ ਦੀ ਵੀਡੀਓ ਕਾਨਫਰੈਂਸਿੰਗ ਲਈ ਕੈਪਟਨ ਕੋਲੇ ਸਮਾਂ ਨਹੀਂ ਹਰ ਸਿਮਰਤ ਬਾਦਲ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰ ਸਿਮਰਤ ਕੋਲ ਬਾਦਲ ਨੇ ਦੋਸ਼ ਲਾਇਆ ਕਿ ਕਰੋਨਾ ਦੇ ਨਾਲ ਨਿਪਟਣ ਲਈ ਕੇਂਦਰ ਸਰਕਾਰ ਦੇ ਵੱਲੋਂ ਸੂਬੇ ਨੂੰ 888 ਕਰੋੜ ਰੁਪਏ ਜਾਰੀ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਸ ਮਹਾਮਾਰੀ ਦੇ ਨਿਪਟਣ ਦੇ ਨਾਲ ਕੋਈ ਤਿਆਰੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਚ ਦਵਾਈਆਂ ਤਾਂ ਦੂਰ ਨਰਸਾਂ ਦੇ ਕੋਲੇ ਥਰਮਾਮੀਟਰ ਵੀ ਨਹੀਂ ਹਨ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਆਪਣੇ ਪਰਿਵਾਰ ਨਾਲ ਆਖਰੀ ਗੱਲਬਾਤ ਦੀ ਆਡੀਓ ਵਾਇਰਲ ਹੋਈ ਆ ਉੱਥੇ ਹੀ ਹੁਣ ਇੱਕ ਹੋਰ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਾਈ ਨਿਰਮਲ ਸਿੰਘ ਦਾ ਪਰਿਵਾਰ ਬਿਮਾਰ ਆਪਣੇ ਛੋਟੇ ਬੱਚੇ ਨੂੰ ਦਵਾਈ ਦੇਣ ਲਈ ਕਹਿ ਰਿਹਾ ਹੈ ਪਰ ਅਗੋ ਹਸਪਤਾਲ ਦੀ ਸਟਾਫ ਨਰਸ ਦਾ ਕਹਿਣਾ ਹੈ ਉਹਨਾਂ ਕੋਲ ਤਾਂ ਬੁਖਾਰ ਦੇਖਣ ਲਈ ਥਰਮਾਮੀਟਰ ਵੀ ਨਹੀਂ ਤੇ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਨੇ 888 ਕਰੋੜ ਰੁਪਏ ਹਸਪਤਾਲਾਂ ਨੂੰ ਕਰੋਨਾ ਪੀੜਤਾਂ ਦਾ ਇਲਾਜ ਕਰਨ ਅਤੇ ਡਾਕਟਰਾਂ ਨੂੰ ਲੋੜਿੰਦਾ ਸਾਜ਼ੋ ਸਮਾਨ ਮਹਈਆ ਕਰਵਾਉਣ ਦੇ ਲਈ ਦਿੱਤੇ ਸਨ ਪਰ ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਕੇਂਦਰ ਦੇ ਵੱਲੋਂ ਦਿੱਤੇ ਗਏ ਪੈਸਿਆਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਾਇਰਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵਕ-ਵਕ ਸੂਬਿਆਂ ਤੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰencing ਦੇ ਰਾਹੀਂ ਮੀਟਿੰਗ ਕੀਤੀ ਗਈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਹਾਮਾਰੀ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਇਸ ਮੀਟਿੰਗ 'ਚ ਹਿੱਸਾ ਲੈਣ ਦਾ ਸਮਾਂ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਮਹਾਮਾਰੀ ਦੇ ਨਾਲ ਨਿਪਟਣ ਦੇ ਲਈ ਦੇਸ਼ ਪ੍ਰਧਾਨ ਮੰਤਰੀ ਦੇ ਵੱਲੋਂ ਵੀਡੀਓ ਕਾਨਫਰੰਸ ਰਾਈ ਕੀਤੀ ਜਾ ਰਹੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਸ਼ਾਮਲ ਹੋਣ ਤੋਂ ਪਤਾ ਲੱਗਦਾ ਕਿ ਉਹ ਸੂਬੇ ਦੇ ਲੋਕਾਂ ਦੇ ਲਈ ਉਹਨਾਂ ਦੀ ਸੂਬੇ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਗੰਭੀਰ ਨਹੀਂ ਹਨ ਸੋ ਦੋਸਤੋ ਇਹ ਸਮਝੀ ਸੂਬੇ ਪੰਜਾਬ ਦੀਆਂ ਸ਼ਾਮ ਵੇਲੇ ਦੀਆਂ ਖਰ ਆਮ ਤੇ ਖਾਸ ਖਬਰ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਨੂੰ ਆਪਣੇ ਯਾਰਾ ਦੋਸਤਾਂ ਮਤਰਾ ਵੇਲੀਆਂ ਸਭ ਦੇ ਨਾਲ ਸ਼ੇਅਰ ਕਰੋ ਜੀ ਤਾਂ ਜੋ ਹਰ ਇੱਕ ਨੂੰ ਪੰਜਾਬ ਦੇ ਤਾਜ਼ਾ ਹਾਲਾਤਾਂ ਦਾ ਪਤਾ ਲੱਗ ਸਕੇ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ